ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ। ਜਿੱਥੇ ਮਰਜ਼ੀ ਜਾ ਕੇ ਉਹਨਾਂ ਦੀ ਇਨਕੁਆਇਰੀ ਕਰਨ, ਤੇ ਜੇ ਮੈਂ 2 ਕਰੋੜ ਰੁਪਏ ਨਿਕਲੂਗਾ ਤਾਂ ਅਸੀਂ ਉਸੇ ਦਿਨ ਸਿਆਸਤ ਛੱਡ ਦਾਂਗੇ। ਕੋਈ ਆਪਦਾ ਆਧਾਰ ਨਹੀਂ, ਕੋਈ ਇਨਸਾਫ ਪਾਰਟੀ ਦਾ ਆਧਾਰ ਨਹੀਂ, ਕੋਈ ਕਿਸੇ ਦਾ ਆਧਾਰ ਨਹੀਂ। 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਭਖਿਆ ਹੋਇਆ। ਸਿਆਸੀ ਲੀਡਰ ਚੋਣ ਪ੍ਰਚਾਰ ਕਰਨ 'ਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ। ਉੱਥੇ ਹੀ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਲਈ ਉਸਦੀ ਮਾਤਾ ਜਸਵੀਰ ਕੌਰ ਨਿੱਤਰ ਕੇ ਸਾਹਮਣੇ ਆਈ ਤੇ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ। ਜਸਵੀਰ ਕੌਰ ਨੇ ਦਾਅਵਾ ਕਰਦਿਆਂ ਕਿਹਾ ਕਿ ਉਹਨਾਂ ਦਾ ਬੇਟਾ ਬਿੱਟੂ 2 ਲੱਖ ਤੋਂ ਜ਼ਿਆਦਾ ਵੋਟ ਨਾਲ ਜਿੱਤੇਗਾ। ਉੱਥੇ ਹੀ ਉਹਨਾਂ ਨੇ ਬਿੱਟੂ ਪਰਿਵਾਰ ਤੇ ਵਿਰੋਧੀਆਂ ਵੱਲੋਂ ਲਗਾਏ ਇਲਜ਼ਾਮਾਂ ਤੇ ਜਵਾਬ ਦਿੰਦਿਆਂ ਕਿਹਾ ਕਿ ਬਿੱਟੂ ਦਾ ਚਿੱਟਾ ਕੁੜਤਾ ਅੱਜ ਵੀ ਬੇਦਾਗ ਹੈ ਤੇ ਸਾਡਾ ਇਮਾਨਦਾਰ ਪਰਿਵਾਰ ਪੰਜਾਬ ਦੇ ਲਈ ਸ਼ਹੀਦ ਹੋਇਆ। ਬਹੁਤ ਅੱਛਾ ਹੰਗਾਰਾ ਜੀ ਬਿੱਟੂ ਦੀ ਪ੍ਰਚਾਰ ਦਾ, ਤੇ ਅੱਜ ਮੈਂ ਇੱਥੋਂ ਈਸਟ ਤੋਂ ਸ਼ੁਰੂ ਕੀਤਾ ਤੇ ਸਾਰਿਆਂ ਦੇ ਉਹਨਾਂ ਦੇ ਸੰਜੇ ਤਲਵਾਰ ਦੀ ਮੈਸੇਜ ਦੇ ਨਾਲ ਸਾਰੀ ਆਪਣੀਆਂ ਉਹਨਾਂ ਦੀ ਫਰੈਂਡਸ ਦੇ ਨਾਲ ਸਾਰਿਆਂ ਦਾ ਪ੍ਰਚਾਰ ਅਸੀਂ ਸ਼ੁਰੂ ਕੀਤਾ ਅੱਜ, ਅਤੇ ਉਹਦਾ ਬਹੁਤ ਅੱਛਾ ਹੰਗਾਰਾ ਮਿਲ ਰਿਹਾ। ਅਤੇ ਈਸਟ ਦਾ ਤਾਂ ਹੁਨਾਰ ਨੁਹਾਰ ਹੀ ਬਦਲ ਦਿੱਤੀ ਹੈ ਸੰਜੇ ਨੇ, ਕਿਉਂਕਿ ਪਹਿਲਾਂ ਇੱਥੇ ਅਕਾਲੀਆਂ ਦੀ ਗਵਰਨਮੈਂਟ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ, ਅਤੇ ਕਿਉਂਕਿ ਰਣਜੀਤ ਸਿੰਘ ਢਿੱਲੋਂ ਸੀ ਕੋਈ ਕੰਮ ਨਹੀਂ ਕੀਤਾ, ਅਤੇ ਇਸ ਕਰਕੇ ਅਸੀਂ ਬਿੱਟੂ ਦੀ ਹੀ ਜਿੰਨੀ ਵੀ ਸਾਰੀ ਦੇਣ ਹੈ ਇਸ ਇਲਾਕੇ ਨੂੰ ਬਿੱਟੂ ਦੀ ਹੈ। 800 ਕਰੋੜ ਰੁਪਇਆ ਇਸ ਕੌਂਸਟੀਚੁਐਂਸੀ ਨੂੰ ਈਸਟ ਨੂੰ ਦਿੱਤਾ, ਅਤੇ ਕਾਲਜ ਆਇਆ ਇੱਥੇ, ਅਤੇ ਈਸਟ ਕਲੱਬ ਆਇਆ, ਅਤੇ ਐਗਜੀਬਿਸ਼ਨ ਸੈਂਟਰ ਲਿਆਂਦਾ, ਅਤੇ ਸਾਰੀ ਜੋ ਵੀ ਲੁਧਿਆਣੇ ਦੀ ਲਾਈਟਸ ਦਾ ਕੰਮ ਚੱਲ ਰਿਹਾ ਸਾਰਾ ਬਿੱਟੂ ਦਾ। ਔਰ ਇੱਕ ਸਾਰੇ ਪਾਰਕਾਂ ਵਾਸਤੇ ਜਿੰਨੇ ਵੀ ਜਿੰਮ ਨੇ ਉਹ ਲੈ ਕੇ ਆਏ, ਅਤੇ ਜਿੰਨੇ ਉਹਨਾਂ ਨੇ ਬਹੁਤ ਸਾਰੇ ਕੈਂਪ ਲਗਾਏ, ਜਿੰਨੇ ਇਹਨਾਂ ਨੂੰ ਵੀਲਚੇਅਰ ਗਰੀਬਾਂ ਨੂੰ ਜਿੰਨੇ ਵੀ ਪਿੰਡ ਪਿੰਡ ਜਾ ਕੇ ਕੈਂਪ ਲਵਾਏ, ਅਤੇ ਬਾਕੀ ਹੋਰ ਡਿਵੈਲਪਮੈਂਟ ਬਹੁਤ ਸਾਰੇ ਹੋ ਰਹੇ ਲੁਧਿਆਣੇ 'ਚ। ਔਰ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ, ਸਾਰੇ ਕੈਂਡੀਡੇਟ ਤੋਂ ਉੱਪਰ ਬਿੱਟੂ ਦਾ ਇਸ ਟਾਈਮ ਚੱਲ ਰਿਹਾ। 5 ਸਾਲ ਬਿੱਟੂ ਜੀ ਪਹਿਲੇ ਰਹੇ ਨੇ, ਅਗਰ ਦੁਬਾਰਾ ਜਿੱਤਦੇ ਨੇ ਕੀ ਨੁਹਾਰ ਬਦਲਣਗੇ ਲੁਧਿਆਣੇ ਦੇ? ਤੁਹਾਨੂੰ ਜੋ ਵੀ ਕੰਮ ਵਿੱਚ ਰੁਕੇ ਹੋਏ ਨੇ ਉਹ ਕਰਨਗੇ, ਬਾਕੀ ਜਿੰਨੇ ਵੀ ਹੋਰ ਉਹਨਾਂ ਦੀ ਹੋਣਗੀ ਸੋਚ ਤੇ ਉਹ ਕੰਮ ਕਰਨਗੇ, ਵੱਧ ਤੋਂ ਵੱਧ ਲੈ ਕੇ ਆਉਣਗੇ। ਵਿਰੋਧੀ ਦਲ ਬੜਾ ਵਿਰੋਧ ਕਰ ਰਹੇ ਨੇ ਜੀ ਬਿੱਟੂ ਜੀ ਉੱਤੇ, ਕਈ ਸਵਾਲ ਖੜੇ ਕਰ ਦਿੰਦੇ ਨੇ, ਕਹਿੰਦੇ ਜੀ ਉਹਨਾਂ ਨੇ ਟੋਲ ਪਲਾਜ਼ਾ ਬੰਦ ਕਰਾਇਆ, ਉਸ ਵਿੱਚ ਪੈਸੇ ਖਾਧੇ ਨੇ, ਕਈ ਤਰ੍ਹਾਂ ਬਲੇਮ ਲਗਾਉਂਦੇ ਨੇ, ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਦੀ ਮਦਦ? ਦੇਖੋ ਮੈਂ ਨਾ ਬਿੱਟੂ ਨੇ ਅੱਜ ਤੱਕ ਜਿਹੜਾ ਉਹ ਚਿੱਟੇ ਕੱਪੜੇ ਪਾਉਂਦਾ ਉਹਦੇ ਵਿੱਚ ਕੋਈ ਦਾਗ ਨਹੀਂ ਗਾ, ਨਾ ਸਰਦਾਰ ਬੇਅੰਤ ਸਿੰਘ ਜੀ 'ਤੇ ਅੱਜ ਤੱਕ ਕੋਈ ਦਾਗ ਸੀ। ਜੋ ਸਾਡੀ ਪਾਕਿਸਤਾਨ ਤੋਂ ਜ਼ਮੀਨ ਮਿਲੀ ਹੈ ਸਾਡੀ ਉਹ ਘੱਟ ਭਾਵੇਂ ਗਈ, ਉਹ ਵਧੀ ਨਹੀਂ ਗਈ। ਮੇਰਾ ਬੇਟਾ ਨੇ 1 ਰੁਪਈਆ ਤੁਸੀਂ ਕੋਈ ਬੈਂਕ ਜੋ ਕਹਿੰਦਾ ਵਾ ਉਹ ਸਾਰੀ ਉਹਨਾਂ ਦੀ ਉਹ ਬੈਂਕ ਬੈਲੈਂਸ ਦੇਖਣ, ਜ਼ਮੀਨਾਂ ਦੇਖਣ, ਪ੍ਰੋਪਰਟੀਆਂ ਦੇਖਣ, ਜਿੱਥੇ ਮਰਜ਼ੀ ਜਾ ਕੇ ਉਹਨਾਂ ਦੀ ਇਨਕੁਆਇਰੀ ਕਰਨ, ਅਤੇ ਜੇ ਮੈਂ 2 ਕਰੋੜ ਰੁਪਇਆ ਨਿਕਲੂਗਾ ਤਾਂ ਅਸੀਂ ਉਸੇ ਦਿਨ ਸਿਆਸਤ ਛੱਡ ਦਾਂਗੇ। ਅਤੇ ਟੂਰ ਪੈਸ ਮੇਰੇ ਬੇਟੇ ਨੇ, ਪਹਿਲੀ ਗੱਲ ਤਾਂ ਇਸ ਦੇ ਪੰਜਾਬ ਵਾਸਤੇ ਡਰੱਗਸ ਵਾਸਤੇ ਅੱਜ ਇਲਜ਼ਾਮ ਲਾ ਰਿਹਾ ਬੈਂਸ ਕਿ ਇੱਥੋਂ ਡਰੱਗਸ ਨਿਕਲ ਰਹੀ ਹੈ, ਅਤੇ ਉਹਦੇ ਉਹ ਡਰੱਗਸ ਆਪਣੀ ਹੀ ਕੌਂਸਟੀਚੁਐਂਸੀ 'ਚੋਂ ਡਰੱਗਸ ਕੱਢ ਕੇ ਕਹਿੰਦਾ ਡਰੱਗਸ ਬਿੱਟੂ ਦੇ ਉਸ ਤੋਂ ਨਿਕਲ ਰਹੀ ਹੈ, ਕੀ ਗੱਲ ਉਹਦੀ ਕੌਂਸਟੀਚੁਐਂਸੀ ਨਹੀਂ ਗੀ? ਉਹਦਾ ਕੋਈ ਫਰਜ਼ ਨਹੀਂ ਗਾ, ਜੋ ਉਹਨੇ ਆਤਮਨਗਰ ਔਰ ਸਾਹੂ 'ਚ ਕੀਤਾ ਹੋਇਆ, ਨਰਕ ਪਾਇਆ ਹੋਇਆ, ਸਰ ਲੋਕਾਂ ਨੂੰ ਆਪਣੇ ਆਪ ਪਤਾ ਲੱਗ ਜੂ। ਇਸ ਦੇ ਵਿੱਚ ਵੀ ਤਾਂ ਅਸੀਂ ਇੰਨਾ ਕੁਛ ਦਿੱਤਾ, ਬਿੱਟੂ ਨੇ ਦਿੱਤਾ ਇਸ ਕੌਂਸਟੀਚੁਐਂਸੀ ਨੂੰ, ਲੇਕਿਨ ਉੱਥੇ ਕਿਉਂ ਨਹੀਂ ਦੇ ਰਿਹਾ? ਅਤੇ ਇਸ ਕਰਕੇ MP ਬਣ ਕੇ ਕਿੱਥੇ ਜਾਊਗਾ? ਨਾ ਉਸਦਾ ਕੋਈ, ਉਸੇ ਨੇ ਹੀ ਇਹ 2 ਕਰੋੜ ਬਿੱਟੂ ਦਾ ਫੈਲਾਇਆ, ਪਰ 2 ਕਰੋੜ ਮੈਨੂੰ ਸਾਬਤ ਕਰਕੇ ਦੱਸੇ, ਲੇਕਿਨ ਮੈਂ ਉਹਦੇ ਨਾਲ ਬੈਠ ਕੇ ਇਸ ਚੀਜ਼ 'ਤੇ ਕਰਨ ਨੂੰ ਤਿਆਰ ਹਾਂ, ਮੇਰੇ ਨਾਲ ਬੈਠੇ ਔਰ ਗੱਲ ਕਰੇ ਕਿ 2 ਕਰੋੜ ਮੈਨੂੰ ਸਾਬਤ ਕਰਕੇ ਮੈਨੂੰ ਦਿਖਾਵੇ, ਫਿਰ ਮੇਰੇ ਬੇਟੇ 'ਤੇ ਇਲਜ਼ਾਮ ਲਾ ਦਿੱਤੇ। ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦੇ ਹੋਏ ਜਸਵੀਰ ਕੌਰ ਨੇ ਕਿਹਾ ਕਿ ਬਾਦਲ ਪਰਿਵਾਰ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ
ਉਹਨਾਂ ਨੂੰ ਕੋਈ ਵੀ ਵੋਟ ਨਹੀਂ ਦੇਵੇਗਾ। ਕੋਈ ਮੁਕਾਬਲਾ ਨਹੀਂ ਗਾ, ਅਕਾਲੀਆਂ ਦਾ ਕੋਈ ਮੁਕਾਬਲਾ ਨਹੀਂ। ਜਿਨ੍ਹਾਂ ਨੇ ਬਹਿਬਲ ਕਾਂਡ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਛੱਡਿਆ, ਜਿਹਨੂੰ ਕਿ ਅਸੀਂ ਦੁਪੱਟਾ ਲੈ ਕੇ ਅਸੀਂ ਦੂਰੋਂ ਨਾ ਇਹਦੀ ਰਿਸਪੈਕਟ ਕਰਦੀ ਹਾਂ। ਮੈਂ ਸਵੇਰੇ ਉੱਠ ਕੇ ਪਾਠ ਕਰਦੀ ਹਾਂ, ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰਦੀ ਹਾਂ। ਜਿਨ੍ਹਾਂ ਨੇ ਪਾਠ ਤਾਂ ਉਹਨਾਂ ਨੂੰ ਵੋਟ ਕੌਣ ਦਊਗਾ? ਕੋਈ ਉਹਨਾਂ ਨੂੰ ਵੋਟ ਨਹੀਂ ਦਊਗਾ। ਔਰ ਇਹ ਜਿਹੜਾ ਅੱਜ ਬੋਲ ਰਿਹਾ ਵਾ ਮਹੇਸ਼ਿੰਦਰ ਗਰੇਵਾਲ, ਹਮੇਸ਼ਾ ਸਾਡੀ ਫੈਮਿਲੀ 'ਤੇ ਉਹ ਗਲਤ ਬੋਲਦਾ ਵਾ। ਮੈਂ ਫੈਮਿਲੀ 'ਤੇ ਨਹੀਂ ਜਾਂਦੀ, ਨਾ ਮੇਰਾ ਬੇਟਾ ਫੈਮਿਲੀ 'ਤੇ ਜਾਂਦਾ। ਅਸੀਂ ਸਿਰਫ ਡਿਪਾਰਟਮੈਂਟ ਆਪਣੇ ਜੋ ਕੰਮ ਕੀਤੇ ਨੇ ਅਸੀਂ ਕੰਮ 'ਤੇ ਵੋਟ ਲੈਣੀ ਹੈ। ਪਰ ਲੇਕਿਨ ਆਪਣੀ ਪਹਿਲਾਂ ਉਹ ਚਾਦਰ ਦੇਖੇ, ਉਹਦੇ ਵਿੱਚ ਕੀ ਆ, ਕਿੰਨਾ ਉਹ ਹੈਗਾ, ਉਹਨੂੰ ਕੋਈ ਵੋਟ ਦਾ ਹੱਕਦਾਰ ਨਹੀਂ ਹੈ। 2014 ਇਸ ਵਾਰ ਮੇਰਾ 2 ਲੱਖ ਤੋਂ ਉੱਪਰ ਲੈ ਕੇ ਜਾਊਗਾ, ਕਿਉਂਕਿ ਉਸ ਟਾਈਮ ਆਮ ਆਦਮੀ ਦਾ ਸੀ, ਇਸ ਵਾਰ ਸਫਾਇਆ ਕਰਤਾ। ਆਮ ਆਦਮੀ ਦੇ ਸਾਰੇ ਬਿੱਟੂ ਨਾਲ ਰੋਜ਼ ਆ ਰਹੇ ਨੇ। ਸਾਰਾ ਜੋ ਇੱਥੇ ਭੋਲਾ ਸਿੰਘ ਸੀ ਉਹ ਗਰੇਵਾਲ ਸੀ, ਉਹ ਵੀ ਬਿੱਟੂ ਦੇ ਨਾਲ ਆ ਚੁੱਕਿਆ। ਇਸ 'ਚ ਸੀਗਾ ਜੋ ਲੜਿਆ ਸੀ, ਪ੍ਰਧਾਨ ਸੀ ਉਹਨਾਂ ਦਾ, ਆਪ 'ਚ ਲੜਿਆ। ਅਤੇ ਹੁਣ ਜੱਸੋਵਾਲ ਸਾਡਾ ਖੈਰ ਪਾਪਾ ਜੀ ਦਾ ਪੁਰਾਣਾ ਬਹੁਤ ਸਰਦਾਰ ਬੇਅੰਤ ਸਿੰਘ ਦਾ ਬੰਦਾ ਸੀ, ਉਹ ਚਲੇ ਗਏ ਸੀ ਆਪ 'ਚ ਕਿਸੇ ਗਲਤੀ ਨਾਲ, ਲੇਕਿਨ ਉਹ ਕੱਲ੍ਹ ਉਹ ਵਾਪਸ ਆ ਗਏ, ਉਹ ਰੋਜ਼ ਸਾਡੇ ਨਾਲ ਵਾਪਸ ਆਉਂਦੇ ਆ। ਇਸ ਕਰਕੇ ਕੋਈ ਆਪਦਾ ਆਧਾਰ ਨਹੀਂ, ਕੋਈ ਇਨਸਾਫ ਪਾਰਟੀ ਦਾ ਆਧਾਰ ਨਹੀਂ, ਕੋਈ ਕਿਸੇ ਦਾ ਆਧਾਰ ਨਹੀਂ। ਬਿੱਟੂ ਦੀ ਮਾਤਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਜੇਕਰ ਨਰਿੰਦਰ ਮੋਦੀ ਦੇ ਖਿਲਾਫ਼ ਚੋਣ ਲੜੇਗੀ ਤਾਂ ਉਹਨਾਂ ਦੇ ਹੱਕ 'ਚ ਉਹ ਚੋਣ ਪ੍ਰਚਾਰ ਜ਼ਰੂਰ ਕਰਨਗੇ। ਵਾਰਾਣਸੀ ਤੋਂ ਜੇਕਰ ਪ੍ਰਿਯੰਕਾ ਗਾਂਧੀ ਨਰਿੰਦਰ ਮੋਦੀ ਦੇ ਖਿਲਾਫ਼ ਲੜਦੇ ਨੇ, ਤੁਸੀਂ ਪ੍ਰਚਾਰ ਕਰੋਗੇ? ਕਿਉਂਕਿ ਮੋਦੀ ਜੀ ਆਪਣੀ ਫੈਮਿਲੀ ਅੱਗੇ ਜਾਂਦੇ, ਫੋਟੋ ਖਿਚਾਉਂਦੇ ਨੇ, ਪ੍ਰਚਾਰ ਕਿਸ ਤਰ੍ਹਾਂ ਦਾ? ਕੋਈ ਗੱਲ, ਸਾਨੂੰ ਬੁਲਾਇਆ ਜਾਊਗਾ ਤਾਂ ਅਸੀਂ ਜ਼ਰੂਰ ਜਾਵਾਂਗੇ, ਜ਼ਰੂਰ ਉਹਦੇ ਪ੍ਰਚਾਰ ਕਰਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਲੀਡਰ ਆਪਣੇ ਚੋਣ ਪ੍ਰਚਾਰਕਾਂ 'ਚ ਜੁਟੇ ਹੋਏ ਨੇ, ਉੱਥੇ ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਪੂਰੀ ਸਪੋਰਟ ਦਿੰਦੇ ਹੋਏ ਆਪਣੇ ਬੱਚਿਆਂ ਲਈ ਵੋਟਾਂ ਦੀ ਮੰਗ ਲਈ ਪ੍ਰਚਾਰ ਕਰ ਰਹੇ ਨੇ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.